ਤਾਂ ਜਿੱਦਾਂ ਹੀ ਸਟੂਡੈਂਟਸ ਦੀ ਲਾਈਫ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਜੀ, ਸਟੱਡੀ ਸੋਲੂਸ਼ਨ ਦੇ ਹਮੇਸ਼ਾ ਇਹੀ ਐਫਰਟਸ ਰਹਿੰਦੇ ਨੇ ਕਿ ਜਲਦੀ ਤੋਂ ਜਲਦੀ ਉਸਦਾ ਵਧੀਆ ਤੋਂ ਵਧੀਆ ਜਿਹੜਾ ਹੈਗਾ ਸੋਲੂਸ਼ਨ ਲੈ ਕੇ ਆਈਏ। ਤਾਂ ਅੱਜ ਜਿਹੜਾ ਹੈਗਾ ਤੁਹਾਡੇ ਸਾਹਮਣੇ ਕੀ ਸੋਲੂਸ਼ਨ ਹੈਗਾ ਜੀ, ਸਟੱਡੀ ਸੋਲੂਸ਼ਨ ਦੇ ਉੱਤੇ ਤੁਸੀਂ ਜਾਓਗੇ ਯੂਟਿਊਬ ਦੇ ਉੱਤੇ, ਉਸ ਤੋਂ ਬਾਅਦ ਤੁਸੀਂ ਜਾਣਾ ਪਲੇ ਲਿਸਟ ਦੇ ਵਿੱਚ। ਤਾਂ ਇੱਥੇ ਤੁਹਾਡੇ ਲਈ ਜਿਹੜਾ ਹੈਗਾ ਹਰ ਤਰ੍ਹਾਂ ਦਾ ਸੋਲੂਸ਼ਨ ਪਿਆ, ਹਰ ਤਰ੍ਹਾਂ ਦਾ ਸੋਲੂਸ਼ਨ ਕਿਸ ਤਰ੍ਹਾਂ ਪਿਆ ਤੁਸੀਂ ਦੇਖ ਸਕਦੇ ਹੋ ਜੀ। ਸਭ ਤੋਂ ਪਹਿਲਾਂ ਹੈਗਾ ਜਨਰਲ ਗਾਈਡੈਂਸ। ਮੰਨ ਲਓ ਤੁਹਾਨੂੰ ਨਾਰਮਲ ਕੋਈ ਕੁਐਰੀਜ਼ ਨੇ, ਨਾਰਮਲ ਡਾਊਟਸ ਨੇ, ਬੇਸਿਕ ਡਾਊਟਸ ਨੇ, ਜਿਵੇਂ ਕਿ ਆਪਾਂ ਨੇ ਗੌਰਮੈਂਟ ਜੋਬ ਦੀ ਪ੍ਰੈਪਰੇਸ਼ਨ ਸਟਾਰਟ ਕਰਨੀ ਹੈ ਤਾਂ ਕਿਵੇਂ ਸਟਾਰਟ ਕਰੀਏ। ਹੋ ਸਕਦਾ ਤੁਸੀਂ ਫਰੈਸ਼ਰ ਹੋ ਸਕਦਾ ਤੁਸੀਂ ਜਿਹੜਾ ਹੈਗਾ ਕੋਈ ਹੋਰ ਜੋਬ ਕਰਦੇ ਹੋ, ਜਿਵੇਂ ਸੈਂਟਰਲ ਗੌਰਮੈਂਟ ਦੇ ਵਿੱਚ SSC ਬੈਂਕਿੰਗ, ਤੇ ਹੁਣ ਤੁਸੀਂ ਪੰਜਾਬ ਗੌਰਮੈਂਟ ਦੀ ਪ੍ਰੈਪਰੇਸ਼ਨ ਸਟਾਰਟ ਕਰਨੀ ਹੈ ਤਾਂ ਇੱਥੇ ਡਿਟੇਲਸ ਦੇ ਵਿੱਚ ਸਮਝਾਇਆ ਹੋਇਆ। ਉਸ ਤੋਂ ਬਾਅਦ ਜਿਹੜਾ ਹੈਗਾ ਜੀ ਇਹਦੇ ਵਿੱਚ ਜਿਹੜਾ ਹੈਗਾ ਮੈਥ ਸੋਲੂਸ਼ਨ ਬਾਏ ਸਟੱਡੀ ਸੋਲੂਸ਼ਨ। ਤਾਂ ਮੈਥਸ ਦੇ ਵਿੱਚ ਕਾਫੀ ਸਟੂਡੈਂਟਸ ਨੂੰ ਹਮੇਸ਼ਾ ਪ੍ਰੋਬਲਮ ਰਹਿੰਦੀ ਹੈ ਵੀ ਮੈਥਸ ਦੀ ਤਿਆਰੀ ਕਿਸ ਤਰ੍ਹਾਂ ਕੀਤੀ ਜਾਵੇ, ਮੈਥਸ ਦੇ ਵਿੱਚ ਕੀ ਐਸਾ ਕਰੀਏ ਕਿ ਆਪਣੀ ਜਿਹੜੀ ਹੈਗੀਆਂ ਪ੍ਰੋਬਲਮਸ ਰਿਜ਼ੋਲਵ ਹੋ ਜਾਣ, ਕਿ ਜਦੋਂ ਆਪਾਂ ਪੜ੍ਹਦੇ ਹਾਂ ਉਦੋਂ ਤਾਂ ਸਭ ਕੁਝ ਸਮਝ ਆ ਜਾਂਦਾ ਪਰ ਪੇਪਰ ਦੇ ਵਿੱਚ ਜਾ ਕੇ ਕੁਐਸਚਨ ਕਿਉਂ ਨਹੀਂ ਹੁੰਦੇ। ਤਾਂ ਕੀ ਕੀਤਾ ਜਾਵੇ ਕਿ ਪੇਪਰ ਦੇ ਵਿੱਚ ਜਾ ਕੇ ਵੀ ਕੁਐਸਚਨਸ ਹੋ ਜਾਣ। ਕੰਪਿਊਟਰ ਦਾ ਸੋਰਸ ਨਹੀਂ ਪਤਾ ਲੱਗਦਾ, ਕੰਪਿਊਟਰ ਦੇ ਵਿੱਚ ਜਿਹੜਾ ਹੈਗਾ ਅੱਜ ਕੱਲ੍ਹ ਅੱਛੇ ਲੈਵਲ ਦੇ ਮਾਡਰੇਟ ਲੈਵਲ ਦੇ ਕੁਐਸਚਨਸ ਆਉਣ ਲੱਗ ਗਏ ਤਾਂ ਬੇਸਿਕ ਤਾਂ ਸਾਰਿਆਂ ਨੂੰ ਪਤਾ ਹੁੰਦਾ, ਮਾਡਰੇਟ ਲੈਵਲ ਦੇ ਕੁਐਸਚਨਸ ਕਿਸ ਤਰ੍ਹਾਂ ਕਰਨੇ ਨੇ ਉਹ। ਉਸ ਤੋਂ ਬਾਅਦ ਜਿਵੇਂ ਪਲੱਸ ਟੂ ਪਾਸ ਸਟੂਡੈਂਟਸ ਨੇ ਉਹਨਾਂ ਕੋਲ ਕੀ ਓਪਰਚੁਨਿਟੀਜ਼ ਨੇ, ਜਿਹੜੀਆਂ ਉਹਨਾਂ ਕੋਲ ਜੋਬਸ ਨੇ ਉਹਨਾਂ ਨੂੰ ਉਹ ਕਿਉਂ ਕਰਨੀਆਂ ਚਾਹੀਦੀਆਂ ਨੇ, ਕੀ ਉਹਨਾਂ ਦੇ ਬੈਨੀਫਿਟਸ ਨੇ, ਉਹਨਾਂ ਦੀ ਪ੍ਰੈਪਰੇਸ਼ਨ ਉਹ ਕਿਸ ਤਰ੍ਹਾਂ ਕਰ ਸਕਦੇ ਨੇ, ਉਹ ਕੀ ਉਹਦੇ ਬਾਰੇ ਨੈਗੇਟਿਵ ਥੋਟ ਸਮਝਦੇ ਨੇ, ਸਭ ਕੁਛ ਇਹਦੇ ਵਿੱਚ ਦੱਸਿਆ ਹੋਇਆ। ਸਿਮੀਲਰਲੀ ਜਿਹੜਾ ਹੈਗਾ ਦੇਖੋ ਦੋ ਤਰ੍ਹਾਂ ਦੇ ਸਟੂਡੈਂਟਸ ਹੁੰਦੇ ਨੇ, ਇੱਕ ਤਾਂ ਜਿਹੜੇ ਸਟਰਗਲ ਕਰੀ ਜਾ ਰਹੇ ਨੇ, ਕਰੀ ਜਾ ਰਹੇ, ਕਰੀ ਜਾ ਰਹੇ, ਇੱਕ ਹੈਗੇ ਨੇ ਜਿਹੜੇ ਸਕਸੈਸਫੁਲ ਹੋ ਗਏ। ਤਾਂ ਉਹਨਾਂ ਦੇ ਵਿੱਚ ਡਿਫਰੈਂਸ ਕੀ ਹੁੰਦਾ? ਤਾਂ ਇਸ ਤਰ੍ਹਾਂ ਦੀਆਂ ਜਨਰਲ ਗਾਈਡੈਂਸ ਨੇ ਜੀ, ਸਾਰੀਆਂ ਵੀਡੀਓਜ਼ ਤੁਸੀਂ ਦੇਖ ਸਕਦੇ ਹੋ। ਸਿਮੀਲਰਲੀ ਤੁਸੀਂ ਜਿਹੜਾ ਹੈਗਾ ਇਸ ਤੋਂ ਬਾਅਦ ਜਿਹੜਾ ਹੈਗਾ ਹੋਰ ਵੀ ਸਾਰੀਆਂ ਵੀਡੀਓਜ਼ ਇੱਥੇ ਪਾਈਆਂ ਨੇ ਜਿਵੇਂ ਡੈਮੋ ਵੀਡੀਓਜ਼ ਨੇ, ਜੇ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਇਸ ਚੈਨਲ ਦੇ ਉੱਤੇ ਕਿਸ ਤਰ੍ਹਾਂ ਪੜ੍ਹਾਇਆ ਜਾਂਦਾ ਜਾਂ ਤੁਸੀਂ ਸੰਧੀਰ ਇੰਸਟੀਚਿਊਟ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੋਂ ਜਿਹੜਾ ਹੈਗਾ ਡਿਫਰੈਂਟ ਟੀਚਰਸ ਦੀਆਂ ਡੈਮੋ ਵੀਡੀਓਜ਼ ਦੇਖ ਸਕਦੇ ਹੋ ਆਰਾਮ ਨਾਲ। ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਹੋਰ ਦੇਖੀਏ ਆਪਾਂ PSSB ਕਲਰਕ ਦੀ ਟਾਈਪਿੰਗ ਨੂੰ ਲੈ ਕੇ। ਤਾਂ ਐਵੇਂ ਜਿਵੇਂ ਜਦੋਂ ਕੋਈ ਪਰਟੀਕੂਲਰ ਇਸ਼ੂ ਚੱਲ ਰਿਹਾ ਹੁੰਦਾ, ਪਰਟੀਕੂਲਰ ਸਿਨੈਰੀਓ ਚੱਲ ਰਿਹਾ ਹੁੰਦਾ, ਪਰਟੀਕੂਲਰ ਪੇਪਰ ਚੱਲ ਰਿਹਾ ਹੁੰਦਾ, ਤਾਂ ਉਹਨੂੰ ਲੈ ਕੇ ਜਿਹੜਾ ਹੈਗਾ ਵੀਡੀਓਜ਼ ਬਣਾਈਆਂ ਜਾਂਦੀਆਂ ਨੇ, ਜਿਹਦੇ ਵਿੱਚ ਜਿਹੜਾ ਹੈਗਾ ਜਨਰਲ ਗਾਈਡੈਂਸ ਵੀ ਹੁੰਦੀ ਹੈ, ਪਰਟੀਕੂਲਰ ਗਾਈਡੈਂਸ ਵੀ ਹੁੰਦੀ ਹੈ। ਪੋਲਿਟੀ ਨੂੰ ਲੈ ਕੇ ਜਿਹੜਾ ਹੈਗਾ ਸਪੈਸ਼ਲ ਉਹਦੇ ਵੀਡੀਓਜ਼ ਪਾਈਆਂ ਹੋਈਆਂ ਜੀ, ਉਹ ਤੁਸੀਂ ਦੇਖ ਸਕਦੇ ਹੋ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਜੀ ਹੋਰ ਵੀ ਹੈਗੀਆਂ ਨੇ ਆਪਣੀਆਂ, ਪੰਜਾਬ ਕਰੰਟ ਅਫੇਅਰਸ ਇਹਨੂੰ ਕਿਸ ਤਰ੍ਹਾਂ ਕਵਰ ਕਰ ਸਕਦੇ ਹੋ, ਇਹ ਹੈਗੀ ਜੀ ਸਭ ਤੋਂ ਸਪੈਸ਼ਲ। ਇਹਦੇ ਵਿੱਚ ਕੀ ਹੈਗਾ ਮੈਮਰੀ ਮੈਥਡਸ, ਦੇਖੋ ਸਭ ਤੋਂ ਪਹਿਲਾਂ ਤਾਂ ਇਹੀ ਚੀਜ਼ ਹੈ ਵੀ ਚੇਂਜ ਯੂਅਰ ਤਰੀਕਾ, ਖਤਮ ਕਰੋ ਸਰਕਾਰੀ ਨੌਕਰੀ ਵਾਲਾ ਅੜਿੱਕਾ। ਤਾਂ 19 ਮਿੰਟਸ ਕੈਨ ਚੇਂਜ ਯੂ, ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਵੀਡੀਓ ਦੇਖਣੀ ਚਾਹੀਦੀ ਹੈ। ਉਸ ਤੋਂ ਬਾਅਦ ਇਹਦੇ ਵਿੱਚ ਦੱਸਿਆ ਹੋਇਆ ਵੀ ਮੈਮਰੀ ਮੈਥਡਸ ਬਣਦੇ ਕਿਸ ਤਰ੍ਹਾਂ ਨੇ, ਜਿਹੜੇ ਮੈਮਰੀ ਮੈਥਡਸ ਨੇ ਉਹ ਪੜ੍ਹਾਉਣੇ ਕਿਸ ਤਰ੍ਹਾਂ ਨੇ, ਪੜ੍ਹਾਈ ਨੂੰ ਕਿਸ ਤਰ੍ਹਾਂ ਆਪਾਂ ਇੰਟਰਸਟਿੰਗ ਬਣਾ ਸਕਦੇ ਹਾਂ, ਫਿਰ ਅੱਗੇ ਤੁਹਾਨੂੰ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ। ਤਾਂ ਇਹ ਮੈਮਰੀ ਮੈਥਡਸ ਵਾਲੇ ਤੁਸੀਂ ਇੱਕ ਵਾਰ ਸਾਰੀਆਂ ਵੀਡੀਓ ਸੁਣ ਲਓਗੇ, ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ ਵੀ ਜਿਹੜੀ GS ਹੈਗੀ ਆ ਉਹ ਕਿੰਨੀ ਜ਼ਿਆਦਾ ਇੰਟਰਸਟਿੰਗ ਹੈ ਜਾਂ ਉਸਨੂੰ ਕਿੰਨਾ ਆਸਾਨੀ ਨਾਲ ਇੰਟਰਸਟਿੰਗ ਬਣਾਇਆ ਜਾ ਸਕਦਾ। ਉਸ ਤੋਂ ਬਾਅਦ ਇਸੇ ਤਰ੍ਹਾਂ ਜਿਹੜਾ ਹੈਗਾ ਜੀ ਅਰਿਥਮੈਟਿਕ ਰੀਜ਼ਨਿੰਗ ਪੜ੍ਹਨ ਦੇ ਕੀ ਤਰੀਕੇ ਨੇ, ਬਿਨਾਂ ਮਤਲਬ ਤੋਂ ਕੁਐਸਚਨਸ ਕਰੀ ਜਾ ਰਹੇ ਹੋ, ਬਿਨਾਂ ਮਤਲਬ ਤੋਂ ਪ੍ਰੈਕਟਿਸ ਕਰੀ ਜਾ ਰਹੇ ਹੋ, ਉਹਦੀ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ, ਉਹਦੇ ਵਿੱਚ ਸਮਝਾਇਆ ਹੋਇਆ ਵੀ ਕਿਵੇਂ ਕਰ ਸਕਦੇ ਹੋ। ਬਾਕੀ ਇਹ ਕੁਝ ਸਕੋਰ ਕਾਰਡਸ ਹੈਗੇ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਥੋੜਾ ਜਿਹਾ ਪਤਾ ਲੱਗ ਸਕਦਾ ਵੀ ਇਹਦੇ ਵਿੱਚ ਜਿਹੜਾ ਹੈਗਾ ਕਿਵੇਂ ਹੈਲਪ ਹੋ ਸਕਦੀ ਹੈ, ਕੀ ਡਿਮਾਂਡ ਹੈਗੀ ਅੱਜ ਕੱਲ੍ਹ ਕੰਪੀਟੀਟਿਵ ਐਗਜ਼ਾਮਸ ਦੀ, ਉਹ ਚੀਜ਼। ਕਰੰਟ ਅਫੇਅਰਸ ਦੀਆਂ ਥੋੜੀਆਂ ਬਹੁਤ ਵੀਡੀਓਜ਼ ਹੈਗੀਆਂ ਨੇ। ਤਾਂ ਇਸ ਤਰ੍ਹਾਂ ਕੋਆਪਰੇਟਿਵ ਇੰਸਪੈਕਟਰ ਨੂੰ ਲੈ ਕੇ ਸਪੈਸ਼ਲ ਗਾਈਡੈਂਸ, ਉਹ ਇਹਦੇ ਵਿੱਚ ਹੈਗੀਆਂ ਨੇ ਵੀਡੀਓਜ਼, ਤਾਂ ਤੁਸੀਂ ਇਹ ਦੇਖ ਸਕਦੇ ਹੋ। ਤਾਂ ਐਵੇਂ ਜਿਹੜਾ ਹੈਗਾ ਟਾਈਮ ਟੂ ਟਾਈਮ ਅਸੀਂ ਜਿਹੜਾ ਹੈਗਾ ਇਹਨੂੰ ਅਪਡੇਟ ਵੀ ਕਰਦੇ ਰਹਿੰਦੇ ਹਾਂ, ਜਿਹੜੀ ਇਹ ਪਲੇਲਿਸਟ ਹੈਗੀ ਹੈ, ਤਾਂ ਸਟੂਡੈਂਟਸ ਨੂੰ ਕੋਈ ਪ੍ਰੋਬਲਮ ਨਾ ਹੋਵੇ। ਸਟੱਡੀ ਸੋਲੂਸ਼ਨ ਤੇ ਤੁਸੀਂ ਜਾਓਗੇ ਤਾਂ ਵੀਡੀਓਜ਼ ਜੇ ਤੁਹਾਨੂੰ ਲੱਗਦਾ ਵੀ ਰੈਂਡਮ ਪਈਆਂ ਨੇ, ਕੋਈ ਪਰਟੀਕੂਲਰ ਵੀਡੀਓ ਨਹੀਂ ਲੱਭਦੀ, ਤਾਂ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਜਿਹੜੀ ਤੁਹਾਨੂੰ ਪਰਟੀਕੂਲਰਲੀ ਰਿਕੁਆਇਰਡ ਵੀਡੀਓ ਹੈਗੀ ਹੈ ਉਹ ਤੁਸੀਂ ਦੇਖ ਸਕਦੇ ਹੋ। ਤਾਂ ਇਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਹਰ ਪ੍ਰੋਬਲਮ ਦਾ ਸੋਲੂਸ਼ਨ ਜਲਦੀ ਤੋਂ ਜਲਦੀ ਮਿਲ ਜਾਏਗਾ। ਇਸ ਤੋਂ ਇਲਾਵਾ ਵੀ ਜੇ ਤੁਹਾਨੂੰ ਲੱਗਦਾ ਕੋਈ ਕੁਐਰੀ ਹੈ, ਕੋਈ ਡਾਊਟ ਹੈ, ਤੁਸੀਂ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਵਿਸ਼ ਯੂ ਆਲ ਦਾ ਬੈਸਟ, ਥੈਂਕ ਯੂ।